ਅੱਜ ਬੜਾ ਯਾਦ ਆਇਆ ਸਕੂਲ ਦਾ ਉਹ ਜ਼ਮਾਨਾ, ਛੁੱਟੀ ਮਾਰਨੀ ਸਕੂਲੋਂ ਤੇ ਨਿੱਤ ਨਵਾਂ ਲੱਭਣਾ ਬਹਾਨਾ, ਘਰੋਂ ਲੈਣੇ ਰੁਪਈਏ ਟਿਊਸ਼ਨ ਦੇ ਕਰਕੇ ਬਹਾਨੇ, ਪੀਣੀਆਂ ਪੈਪਸੀਆਂ ਤੇ ਜਾ ਕੇ ਬਰਗਰ ਉਡਾਣੇ, ਘਰੋਂ ਪੈਸੇ ਲੈ ਕੇ ਟਿਊਸ਼ਨ ਪੜ੍ਹਨ ਅਸੀਂ ਆਉਣਾ, ਫਿਲਮ ਵੇਖਣੀ ਸੁਲਤਾਨ ਰਾਏ ਦੀ ਤੇ ਸਿੱਧੇ ਘਰ ਨੂੰ ਜਾਣਾ। ਅਸੈਂਬਲੀ ਤੋਂ ਪਹਿਲਾਂ ਅਸੀਂ ਇਕੱਠੇ ਸਾਰੇ ਸੀ ਹੋ ਜਾਂਦੇ, ਸਬਕ ਨਾ ਆਉਣ ਦੇ ਦੁੱਖ ਸੁੱਖ ਇੱਕ ਦੂਜੇ ਨੂੰ ਸੀ ਵਡਾਉਂਦੇ। ਅਜ਼ਮਤ ਕੋਸ਼ੀ ਸਾਹਿਬ ਅੱਜ ਨਾ ਆਉਣ, ਅਜ਼ਮਤ ਕੋਸ਼ੀ ਸਾਹਿਬ ਅੱਜ ਨਾ ਆਉਣ, ਦੁਆ ਇਹ ਪਈ ਮੰਗਣੀ, ਜੇ ਕਦੀ ਹੋ ਜਾਣੀ ਮੰਨਤ ਪੂਰੀ ਫਿਰ ਸ਼ਿਵਨੀ ਪਈ ਮੰਗਣੀ। ਸਬਕ ਯਾਦ ਕਰਕੇ ਅਸੀਂ ਆਏ, ਇਹ ਤੌਫੀਕ ਰੱਬ ਸਾਨੂੰ ਨਾ ਦਿੱਤੀ, ਅਜ਼ਮਤ ਸਾਹਿਬ ਪਿਆ ਖਿਆਲ ਕਰਨ, 16 ਪਾਸ ਤੇ ਹੋਣਗੇ ਫਿਰ 32। ਉਹ ਵਕਤ ਹੀ ਚੰਗਾ ਸੀ ਜਦ ਅਸੀਂ ਪੜ੍ਹਦੇ ਸੀ ਇਕੱਠੇ ਸਾਰੇ, ਹੁਣ ਤੇ ਕੋਈ ਕਿੱਥੇ ਕੋਈ ਕਿੱਥੇ, ਖਿਲਰ ਗਏ ਨੇ ਵਿਚਾਰੇ। ਇੱਕ ਦਿਨ ਦੀ ਗੱਲ ਹੈ, ਮੈਂ ਟਿਊਸ਼ਨ ਕੋਈ ਨਹੀਂ ਸੀ ਗਿਆ, ਸ਼ਾਮ ਦਾ ਟਾਈਮ ਸੀ ਤੇ ਲੰਮੀ ਤਾਣ ਕੇ ਸੀ ਮੈਂ ਪਿਆ, ਫਿਕਰ ਵੀ ਕੋਈ ਨਹੀਂ ਸੀ ਤੇ ਬਣਾਇਆ ਸੀ ਮੈਂ ਇੱਕ ਬਹਾਨਾ, ਅੱਬੂ ਜੀ ਨੇ ਜੇ ਪੁੱਛ ਲਿਆ ਤੇ ਉਹਨਾਂ ਨੂੰ ਕੀ ਇਹ ਸਮਝਾਉਣਾ। ਅੱਬੂ ਜੀ ਨੇ ਡੇਰੇ ਤੋਂ ਆਉਂਦਿਆਂ ਹੀ ਮੈਨੂੰ ਜਗਾ ਲਿਆ, ਇਹ ਗੱਲ ਪੁੱਛੀ, ਪੁੱਤਰ ਅੱਜ ਕਿਵੇਂ ਸ਼ਾਮੋ ਸ਼ਾਮ ਸੌਣ ਦਾ ਮੂਡ ਤੂੰ ਬਣਾ ਲਿਆ, ਪੁੱਤਰ ਤੂੰ ਅੱਜ ਬੱਚਿਆਂ ਤੇ ਹੈ ਜਾਂ ਹੈ ਤੈਨੂੰ ਬੁਖਾਰ, ਤੇਰਾ ਉਸਤਾਦ ਨਹੀਂ ਅੱਜ ਇੱਥੇ ਜਾਂ ਉਹ ਏ ਅੱਜ ਬਿਮਾਰ। ਟੈਨਸ਼ਨ ਕੋਈ ਨਹੀਂ ਸੀ, ਬਹਾਨਾ ਸੀ ਪਹਿਲੇ ਹੀ ਮੈਂ ਬਣਾਇਆ, ਕੱਢ ਕੇ ਬਿਸਤਰੇ ਵਿੱਚੋਂ ਮੂੰਹ ਮੈਂ ਸਾਰਾ ਕਿੱਸਾ ਚਾ ਸੁਣਾਇਆ। ਬਹਾਨਾ ਮੇਰਾ ਚੱਲ ਗਿਆ, ਰੂਮ ਵਿੱਚੋਂ ਬਾਹਰ ਉਹ ਟੁਰ ਗਏ, ਕੋਈ ਗੱਲ ਸੋਚ ਦੁਬਾਰਾ ਮੇਰੇ ਰੂਮ ਵਿੱਚੋਂ ਵੜ ਗਏ, ਜੋ ਨਹੀਂ ਸੀ ਸੋਚਿਆ ਮੇਰੇ ਨਾਲ ਉਹ ਹੋ ਗਈ, ਬਹਾਨਾ ਮੇਰਾ ਟੁੱਟ ਗਿਆ ਤੇ ਕਿਸਮਤ ਮੇਰੀ ਸੋ ਗਈ। ਅੱਬੂ ਜੀ ਆਪਣੀ ਜੁੱਤੀ ਪਾਰੀ ਪਾਓ, ਮੈਂ ਹੁਣੇ ਟਿਊਸ਼ਨ ਜਾਣਾ, ਬਹਾਨਾ ਸੀ ਮੈਂ ਕੀ ਬਣਾਇਆ ਤੁਹਾਨੂੰ ਵੀ ਸੁਣਾਉਣਾ। ਨਾਵੀਂ ਮੁਹਰਮ ਦੀ ਰਾਤ ਸੀ ਤੇ ਬਹਾਨਾ ਸੀ ਮੈਂ ਬਣਾਇਆ, ਅਜ਼ਮਤ ਸਾਹਿਬ ਦੇ ਪੁੱਤਰ ਦਾ ਵਿਆਹ ਚਾ ਮੈਂ ਰਚਾਇਆ। ਅੱਬੂ ਜੀ ਨੇ ਪੁੱਛਿਆ, ਪੁੱਤਰ ਨਾਵੀਂ ਮੁਹਰਮ ਨੂੰ ਕੌਣ ਵਿਆਹ ਦਾ ਵਾਰ ਤਰਦਾ ਹੈ? ਨਾਵੀਂ ਮੁਹਰਮ ਦਾ ਹਯਾ ਸ਼ੀਆ ਸੁੰਨੀ ਬਾਬੀ ਤੇ ਹਰ ਫਿਰਕਾ ਹੀ ਕਰਦਾ ਹੈ। ਕਿਤਾਬਾਂ ਮੇਰੇ ਹੱਥ ਦਿੱਤੀਆਂ ਤੇ ਟਿਊਸ਼ਨ ਦਾ ਰਾਹ ਚਾ ਵਿਖਾਇਆ, ਇੰਜ ਦਾ ਬਹਾਨਾ ਕੋਈ ਨਹੀਂ ਕਰਨਾ ਮੈਨੂੰ ਇਹ ਚਾ ਸਮਝਾਇਆ। ਉਹ ਵਕਤ ਆਵੇ ਮੁੜ ਕੇ ਸਾਡਾ ਜੀ ਕਰਦਾ ਏ, ਕਰਕੇ ਯਾਦ ਉਹ ਵੇਲਾ ਦਿਲ ਮੇਰਾ ਸੜਦਾ ਏ, ਕਿੱਥੋਂ ਜਾ ਕੇ ਉਹ ਵਕਤ ਮੈਂ ਲਿਆਵਾਂ, ਭੁੱਲ ਜਾ ਉਸ ਵੇਲੇ ਨੂੰ ਪਿਆ ਦਿਲ ਨੂੰ ਇਹ ਸਮਝਾਵਾਂ। ਸੁਬਾ ਸਵੇਰੇ ਉੱਠਣਾ ਤੇ ਪਰਾਠਿਆਂ ਨਾਲ ਨਾਸ਼ਤਾ ਕਰਨਾ, ਪਹਿਲੀ ਰੋਟੀ ਖਾਣ ਲਈ ਆਪਣੇ ਭਾਈ ਨਾਲ ਪਿਆ ਝਗੜਾ ਕਰਨਾ, ਪਹਿਲਾਂ ਮਸਜਿਦ ਤੇ ਬਾਅਦ ਸਕੂਲ ਹੁੰਦਾ ਸੀ ਅਸਾਂ ਜਾਣਾ, ਇਸੇ ਲਈ ਮਾਪਿਆਂ ਨੇ 5-5 ਵਾਰ ਸਾਨੂੰ ਮੰਜੀ ਤੋਂ ਉਠਾਉਣਾ, ਹੱਥ ਮੂੰਹ ਧੋਣਾ, ਅੱਖਾਂ ਮਲਣੀਆਂ ਤੇ ਸਿੱਧਾ ਮਸੀਤ ਨੂੰ ਜਾਣਾ, ਮੀਆਂ ਰਿਆਜ਼ ਸਾਹਿਬ ਨੇ ਨਮਾਜ਼ ਰੋਜ਼ਾ ਤੇ ਦੀਨ ਦਾ ਸਬਕ ਪੜ੍ਹਾਉਣਾ, ਮਸਜਿਦ ਵਿੱਚੋਂ ਆ ਕੇ ਪਈ ਸਕੂਲ ਦੀ ਤਿਆਰੀ ਕਰਨੀ, ਇਨਸ਼ਾਅੱਲਾ ਅੱਜ ਉਸਤਾਦ ਨਾ ਆਵੇ ਕੋਈ ਇਹਦੀ ਦੁਆ ਪਈ ਪੜ੍ਹਨੀ, ਤਫਰੀ ਬਾਅਦੋਂ ਉਸਤਾਦ ਨੇ ਤਖਤੀ ਤੇ ਮਿਲਾ ਚਾ ਲਿਖਾਣੀ, ਚਸੀ ਦੇ ਦੂਜੇ ਦਾਣੇ ਦੇ ਕੇ ਮਨੀਟਰ ਤੋਂ ਜਾਂ ਕੇ ਛੁਡਾਣੀ, ਸਾਈਕਲ ਨੂੰ ਟਾਕੀ ਮਾਰਨੀ, ਸ਼ੂਜ਼ ਪਾਣੇ, ਨਾਲੇ ਵਰਦੀ ਪਾਣੀ, ਤੇਲ ਲਾ ਕੇ ਸਵਾਦਾ ਕੱਢਣਾ, ਨਾਲੇ ਸੁਰਮਾ ਪਾਣਾ, ਫੜ ਕੇ ਸੁਰਮਾ ਦਾਣੀ, ਮਾਂ ਨੇ ਲਾ ਲਾ ਕਿਉਂ ਪੁੱਤਰਾਂ ਦੀ ਰੋਟੀ ਪਈ ਪਕਾਣੀ, ਅਚੋ ਮਾਂ ਦੋ ਟਾਈਮ ਦੀ ਰੋਟੀ ਨੂੰ ਸਾਧਦੀ ਹੈ ਪਈ ਨਹੀਂ ਪਾਣੀ। ਉਹ ਵਕਤ ਬੜਾ ਹੀ ਚੰਗਾ ਸੀ ਜਦ ਇਕੱਠੇ ਸਕੂਲ ਨੂੰ ਜਾਈਦਾ ਸੀ, ਜੰਮ ਨੂੰ ਲਾ ਲਾ ਖਾਣੇ ਤੇ ਮੋਟਰਾਂ ਤੇ ਜਾ ਕੇ ਨਹਾਈਦਾ ਸੀ, ਜੁੱਤੀ ਕੋਈ ਨਾ ਪਾਣੀ, ਪੈਰੋ ਬਾਣੀ ਗਲੀਆਂ ਵਿੱਚ ਭਜਣਾ, ਰੋਟੀ ਵੇਲੇ ਮਾਂ ਪਈ ਪੁੱਤਰਾਂ ਨੂੰ ਘਰ ਘਰ ਜਾ ਲੱਭਣਾ, ਸਰਦੀਆਂ ਵਿੱਚ ਹੁੱਕੇ ਬਖਾਣੇ ਤੇ ਹਵੇਲੀਆਂ ਵਿੱਚ ਸੌਣਾ, ਇਤਵਾਰ ਨੂੰ ਸਕੂਲੋਂ ਛੁੱਟੀ ਹੋਣੀ ਤੇ ਸਾਰਾ ਦਿਨ ਪਾਉਣਾ, ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਛੱਡਣੀਆਂ,
ਜਦ ਬਾਰਿਸ਼ ਆਉਣੀ ਕੀ ਕਰੀਏ ਸੱਜਣੋ ਪਰਤ ਕੇ ਰੁੱਤ ਝੂ ਨਹੀਂ ਪਾਉਣੀ ਮਕਈ ਦੀ ਰੋਟੀ ਹੋਣੀ ਮੱਖਣ ਤੇ ਨਾਲੇ ਗੰਦਲਾਂ ਦਾ ਸਾਗ ਹੋਣਾ ਫਿਕਰ ਕੋਈ ਦੁਨੀਆ ਦੀ ਨਾ ਹੋਣੀ ਭਾਵੇਂ ਦਿਨ 12 ਵਜੇ ਤੱਕ ਸੌਣਾ ਪਈ ਇੱਕ ਦੂਜੇ ਦੀ ਖੈਰ ਮੰਗਣੀ ਉਹ ਵੇਲਾ ਬੜਾ ਹੀ ਚੰਗਾ ਸੀ ਧੀ ਭੈਣ ਦਾ ਹਯਾ ਹੋਣਾ ਨਾਲੇ ਸਲਾਮ ਕਰਦਾ ਬੰਦੇ ਨੂੰ ਬੰਦਾ ਸੀ ਤੇਲ ਦੇ ਡੀਵੇ ਬਾਲਣੇ ਜਦ ਟੁੱਟ ਜਾਣੀ ਬੱਤੀ ਨਾ ਕੋਈ ਸਿਗਰਟ ਸੀ ਨਾ ਕੋਈ ਪੀਂਦਾ ਸੀ ਚਾਹ ਪੱਤੀ ਡੇਰੇ ਤੇ ਸੌਣ ਦੀਆਂ ਵੀ ਆਪਣੀਆਂ ਹੀ ਬਾਤਾਂ ਸੀ ਧੀ ਭੈਣ ਦੀ ਇੱਜ਼ਤ ਮਹਿਫੂਜ਼ ਤੇ ਬੇਖੌਫੋ ਖਤਰ ਰਾਤਾਂ ਸੀ ਕੀ ਵੇਲਾ ਸੀ 6 ਮਹੀਨੇ ਬੁਰਕਾ ਨਾ ਲਾਉਣਾ ਨਵੀਂ ਵਿਆਹੀ ਸਵਾਣੀ ਸੱਦਣਾ ਮੇਲ ਚੁੱਖਾ ਤੇ ਚੌਕੀ ਪਾ ਰੋਟੀ ਪਈ ਖਵਾਣੀ ਹੁਣ ਤੇ ਇੰਝ ਲੱਗਦਾ ਏ ਉਸ ਜ਼ਮਾਨੇ ਨੂੰ ਨਜ਼ਰ ਹੀ ਲੱਗ ਗਈ ਏ ਬੇਹਯਾਈ ਦਾ ਚੜਿਆ ਰੰਗ ਹਯਾ ਦੀ ਚਾਦਰ ਖੋਰੇ ਕਿੱਥੇ ਭੱਜ ਗਈ ਏ ਟੱਗਿਆਂ ਨਾਲ ਹਲ ਵਾਹਣੇ ਤੇ ਡੇਰੇ ਤੇ ਪੱਤੇ ਜਾਣੇ ਕਦੀ ਚਟਣੀ ਨਾਲ ਤੇ ਕਦੀ ਪਿਆਜ਼ ਕੁੱਟ ਕੇ ਟੁੱਕਰ ਖਾਣੇ ਸ਼ਬਰਾਤਾਂ ਤੇ ਸ਼ੋਰ ਕਰਨਾ ਨਾਲੇ ਪਏ ਪਟਾਖੇ ਚਲਾਉਣੇ ਪਾ ਪਾ ਸ਼ੋਰ ਸ਼ਰਾਬਾ ਮਹੱਲੇ ਦੇ ਬਾਲ ਚਾਹ ਉਠਾਉਣੇ ਜ਼ਹਿਰ ਘੁਲ ਗਿਆ ਏ ਸਾਡੀ ਜ਼ਿੰਦਗੀ ਵਿੱਚ ਜ਼ਹਿਰ ਘੁਲ ਗਿਆ ਏ ਸਾਡੀ ਜ਼ਿੰਦਗੀ ਵਿੱਚ ਰੁਪਈਏ ਤੇ ਜ਼ਾਤਾਂ ਦਾ ਗਾਣੇ ਵਾਜੇ ਸਾਡੀ ਨਸਲ ਤਬਾਹ ਚਾਹ ਕੀਤੀ ਤੇ ਪੂਰਾ ਕੀਤਾ ਕਸਰ ਤਵੈਫ ਨੇ ਰਾਤਾਂ ਦਾ ਅੱਥਰੂ ਨਹੀਂ ਰੁਕਦੇ ਯਾਦ ਕਰਕੇ ਉਹ ਵੇਲਾ ਜੋ ਬੜਾ ਹੀ ਨਵਾਬ ਸੀ ਅਕਸਰ ਮੈਂ ਸੋਚਦਾ ਵਾਂ ਉਹ ਹਸੀਨ ਵੇਲਾ ਲੱਗਦਾ ਹੈ ਕੋਈ ਇੱਕ ਖਾਬ ਸੀ ਹੁਣ ਤੇ ਮੋਬਾਈਲ ਨੇ ਆ ਕੇ ਇੱਕ ਤਬਾਹੀ ਜਿਹੀ ਮਚਾ ਦਿੱਤੀ ਏ ਜਿਹੜੀ ਨਾ ਬੁੱਝ ਸਕੇ ਬੇਹਯਾਈ ਦੀ ਉਹ ਅੱਗ ਲਾ ਦਿੱਤੀ ਏ ਅਸੀਂ ਉਹਨਾਂ ਰਾਹਾਂ ਤੋਂ ਬੜੀ ਦੂਰ ਰੁਲ ਗਏ ਹਾਂ ਹੁਣ ਤੇ ਪਿੱਛਾ ਹਟਣ ਦਾ ਅਸੀਂ ਰਾਹ ਵੀ ਭੁੱਲ ਗਏ ਹਾਂ ਕਹਿੰਦੇ ਅੱਗੇ ਰੋਣਾ ਰੋਈਏ ਅਸਾਂ ਆਪਣੀ ਨਸਲਾਬ ਵਜਾ ਛੋੜੀ ਸ਼ਾਦੀ ਤੇ ਦੂਰ ਅਸਾਂ ਮਰਨਿਆਂ ਤੇ ਕੋਈ ਨਾ ਕੋਈ ਨਵੀਂ ਰਸਮ ਬਣਾ ਛੋੜੀ ਹਰ ਰਿਸ਼ਤੇ ਤੋਂ ਪੀੜ ਪਈ ਉੱਠਦੀ ਏ ਕਿੱਥੋਂ ਇਲਾਜ ਕਰਾਈਏ ਭਰਾ ਭਰਾ ਹੋਵੇ ਪੁੱਤਰ ਪੁੱਤਰ ਹੋਵੇ ਕਿੱਥੋਂ ਉਹ ਦੌਰ ਲਿਆਈਏ ਮਾਂ ਨੇ ਹੱਥੀਂ ਰੋਟੀ ਖਵਾਣੀ ਕਿੱਥੇ ਗਿਆ ਉਹ ਵੇਲਾ ਯਾਦਾਂ ਦੇ ਤੰਬੂ ਰਹਿ ਗਏ ਬਿੱਲੀ ਉੱਜੜ ਗਿਆ ਉਹ ਮੇਲਾ ਕਿਹਨੂੰ ਸੁਣਾਈਏ ਇਸ ਵੇਲੇ ਦਾ ਦੁੱਖ ਤੇ ਆਪਣਾ ਹਾਲ ਸਾਨੂੰ ਲੈ ਡੁੱਬਿਆ ਸਾਡੀ ਆਪਣੀ ਹੀ ਸੈਂਸ ਦਾ ਜਾਲ ਚੰਗੀ ਮੰਦੀ ਤੋਂ ਹੁਣ ਨਹੀਂ ਲੱਭਦੀ ਜੇ ਮਾਂ ਦੇ ਹੱਥ ਦੀ ਮਾਰ ਠੁੱਡਾ ਲੱਗਣਾ ਮਾਂ ਚੁੰਮ ਚੁੰਮ ਸੀਨੇ ਨਾਲ ਲਾਣਾ ਉਹ ਵਕਤ ਦਿੱਤਾ ਅਸਾਂ ਵਸਾਰ ਤੰਦੂਰ ਦੀਆਂ ਰੋਟੀਆਂ ਤੇ ਪਿੰਡੀ ਦਾ ਸਾਲਣ ਮਾਂ ਨੇ ਪਕਾਉਣਾ ਕਰਕੇ ਨਿੱਕੀਆਂ ਨਿੱਕੀਆਂ ਬੁਰਕੀਆਂ ਆਪਣੇ ਅੱਤੀ ਚਾ ਪੁੱਤਰ ਨੂੰ ਖਵਾਉਣਾ ਮਿੱਟੀ ਨਾਲ ਖੇਡ ਖੇਡ ਜਦ ਮਿੱਟੀ ਹੋ ਜਾਣਾ ਮਾਂ ਨੇ ਹੱਥੀ ਬਾਲਾਂ ਨੂੰ ਫਿਰ ਚਾ ਨਵਾਉਣਾ ਲੱਗਣੀਆਂ ਗਰਮੀਆਂ ਤੇ ਰੁੱਤ ਸਰਦੀਆਂ ਦੀ ਆ ਜਾਣੀ ਬੱਚਿਆਂ ਵੱਲੋਂ ਵੇਖ ਮਾਂ ਦੀ ਜਾਨ ਤੇ ਬਣ ਜਾਣੀ ਪੁੱਤਰ ਠੰਡ ਲੱਗ ਜਾਏਗੀ ਬਾਹਰ ਨਾ ਜਾਣਾ ਬੱਚਿਆਂ ਨੂੰ ਇਹ ਗੱਲਾਂ ਬਹਿ ਪਈਆਂ ਸਮਝਾਉਣੀਆਂ ਕੋਟੀਆਂ ਟੋਪੀਆਂ ਤੇ ਜਰਾਬਾਂ ਹੱਥ ਵਿੱਚ ਹੋਣੀਆਂ ਤੇ ਬੱਚਿਆਂ ਨੂੰ ਲੱਭ ਲੱਭ ਕੇ ਪਈਆਂ ਪਾਣੀਆਂ ਕਿਉਂ ਮਾਂ ਆਪਣੀ ਉਸ ਪਿਆਰ ਨੂੰ ਭੁੱਲ ਭੁੱਲ ਜਾਣਾ ਏ ਤੇਰੀ ਮਾਂ ਅੱਜ ਤੇਰੇ ਤੋਂ ਡਰਦੀ ਏ ਕਿਉਂ ਉੱਚੀ ਆਵਾਜ਼ ਨਾਲ ਬੁਲਾਉਣਾ ਏ ਨਿੱਕੀ ਉਮਰੇ ਕਿਸੇ ਦੇ ਮਾਪੇ ਨਾ ਮਰਨ ਛਾਲਾ ਰੱਬ ਵਾਸਤੇ ਮਾਪਿਆਂ ਨੂੰ ਇੰਜ ਰੱਖਣਾ ਜਿਵੇਂ ਤਲੀ ਉੱਤੇ ਛਾਲਾ ਤੁਸਾਂ ਮਾਂ ਵੇਖੀਏ ਮਾਂ ਦਾ ਪਿਆਰ ਨਹੀਂ ਜਾਣਦੇ ਮਾਂ ਅੱਗੇ ਨਾ ਬੋਲੀ ਰੱਖੀ ਤਾਲਾ ਆਪਣੀ ਜ਼ਬਾਨ ਤੇ ਜੇ ਕਦੀ ਪੁੱਤਰ ਰੋਟੀ ਖਾਧਿਓ ਬਗੈਰ ਸਕੂਲ ਨੂੰ ਤੁਰ ਜਾਣਾ ਮਾਂ ਨੇ ਇਹ ਦੁੱਖ ਮੱਲੇ ਵਾਲੀਆਂ ਨੂੰ ਪਿਆ ਬਹਿ ਸੁਣਾਉਣਾ ਅੱਜ ਮੇਰੀ ਤੱਤੀ ਦੀ ਅੱਖ ਲੱਗ ਗਈ ਸੀ ਪੁੱਤਰ ਨੂੰ ਵੀ ਸਕੂਲ ਜਾਣ ਦੀ ਜਲਦੀ ਸੀ ਐਵੇਂ ਤੁਰ ਗਿਆ ਏ ਕਰਮਾਂ ਵਾਲਾ ਰੋਟੀ ਕੋਈ ਨਹੀਂ ਸਿਖਾਦੀ ਸੁਬਹਾ ਮੇਰਾ ਪੇਪਰ ਏ ਮੈਨੂੰ ਦੱਸਦਾ ਪਿਆ ਸੀ ਰਾਤੀ ਕਦੋਂ ਪੁੱਤਰ ਘਰ ਆਵੇਗਾ ਮਾਂ ਰਾਹ ਪਿਆ ਵੇਖਣਾ ਲੱਸੀ ਦੇਣੀ ਰੋਟੀ ਰੱਖਣੀ ਸਾਲਣ ਨੂੰ ਮਾੜਾ ਜਿਹਾ ਚਾ ਸੇਕਣਾ ਮੂੰਹ ਮੱਥਾ ਚੁੰਮ ਚੁੰਮ ਤੇ ਢੇਰਾਂ ਢੇਰ ਚਾਹ ਕਰਨਾ ਜ਼ਮਾਨੇ ਭਰ ਦੀਆਂ ਦੇ ਦੁਆਵਾਂ ਰੱਬ ਦਾ ਰਿਸ਼ਚਾ ਭਰਨਾ